ਮੇਰਾ ਨਾਮ ਰਮਨ ਕੁਮਾਰ ਹੈ ਔਰ ਮੇਰੀ ਮਿਸਿਜ ਰੋਜ਼ੀ, ਜਿਹਨਾਂ ਦੇ ਕਾਫੀ ਦੇਰ ਤੋਂ ਪ੍ਰੋਬਲਮ ਆ ਰਹੀ ਸੀਗੀ ਕਿ ਇਹਨਾਂ ਦੇ ਗੋਲ ਬਲੈਡਰ 'ਚ ਨਾ ਸਟੋਨ ਸੀਗਾ, ਅਤੇ ਮੈਂ ਕੁਛ ਆਪਣੇ ਫੋਨ ਦੇ ਤਰੀਕੇ ਦੇ ਨਾਲ ਕਿ ਮੈਂ ਸਰਚ ਕੀਤਾ ਹੈਗਾ ਯੂਟਿਊਬ ਦੇ ਥਰੂ, ਬਹੁਤ ਹੀ ਵਧੀਆ ਲੱਗਿਆ ਮਿਲ ਕੇ ਕਿ ਇਹਨਾਂ ਨੇ ਬਹੁਤ ਵਧੀਆ ਹੀ ਗਾਈਡ ਕੀਤਾ ਹੈਗਾ ਔਰ ਓਪਰੇਸ਼ਨ ਦਾ ਇਹਨਾਂ ਨੇ ਦੱਸਿਆ ਸੀਗਾ ਕਿ ਓਪਰੇਸ਼ਨ ਬਹੁਤ ਹੀ ਸਕਸੈਸਫੁਲ ਹੋਇਆ ਇਹਨਾਂ ਦਾ। ਮਿਸਿਜ ਵੀ ਸਾਡੀ ਜਿਹੜੀ ਹੈ ਠੀਕ ਠਾਕ ਹੋ ਕੇ ਜਾ ਰਹੀ ਹੈ ਇੱਥੋਂ, ਬਹੁਤ ਵਧੀਆ ਹੋਸਪਿਟਲ ਆ। ਹਾਂਜੀ ਸਰ ਨਮਸਕਾਰ ਜੀ, ਅੱਜ ਅਸੀਂ ਬੈਠੇ ਹੈਗੇ ਹਾਂ ਸਟਾਰ ਹੋਸਪਿਟਲ। ਮੇਰਾ ਨਾਮ ਰਮਨ ਕੁਮਾਰ ਹੈ ਔਰ ਮੇਰੀ ਮਿਸਿਜ ਰੋਜ਼ੀ, ਜਿਹਨਾਂ ਦੇ ਕਾਫੀ ਦੇਰ ਤੋਂ ਪ੍ਰੋਬਲਮ ਆ ਰਹੀ ਸੀਗੀ ਕਿ ਇਹਨਾਂ ਦੇ ਗੋਲ ਬਲੈਡਰ 'ਚ ਨਾ ਸਟੋਨ ਸੀਗਾ, ਔਰ ਅਸੀਂ 2 ਸਾਲ ਪਹਿਲਾਂ ਵੀ ਇਹਦਾ ਇੱਕ ਇਲਾਜ ਕਰਾਇਆ ਸੀਗਾ। ਡਾਕਟਰ MK ਅਰੋੜਾ, MK ਹੋਸਪਿਟਲ ਹੈ ਕਿ ਉੱਥੇ ਦੇ 2 ਸਾਲ ਪਹਿਲਾਂ ਵੀ ਪੈਨਕ੍ਰੀਆ ਦੀ ਥੋੜ੍ਹੀ ਪ੍ਰੋਬਲਮ ਆ ਗਈ ਸੀਗੀ, ਪੈਨਕ੍ਰੀਆ 'ਤੇ ਕਾਫੀ ਇਨਫੈਕਸ਼ਨ ਵਗੈਰਾ ਆ ਚੁੱਕੀ ਹੋਈ ਸੀਗੀ ਕਿ ਇਹਨਾਂ ਦੇ ਗੋਲ ਬਲੈਡਰ ਦੇ ਵਿੱਚ ਸਟੋਨ ਹੋਣ ਕਰਕੇ। ਉੱਥੇ ਵੀ ਪਹਿਲਾਂ ਅਸੀਂ 2-3 ਸਾਲ ਪਹਿਲਾਂ ਇਲਾਜ ਕਰਾਇਆ, 2 ਸਾਲ ਪਹਿਲਾਂ ਇਲਾਜ ਕਰਾਇਆ ਸੀ, ਅਤੇ 2 ਸਾਲ ਬਾਅਦ ਹੁਣ ਫਿਰ ਅਸੀਂ ਮਤਲਬ ਇਹਦੇ ਪ੍ਰੋਬਲਮ ਆਈ ਹੈਗੀ, ਗੋਲ ਬਲੈਡਰ 'ਚ ਸਟੋਨ ਸੀਗਾ ਅਤੇ ਕਾਫੀ ਪੇਨ ਵਗੈਰਾ ਹੋ ਰਹੀ ਸੀਗੀ, ਅਤੇ ਕਾਫੀ ਮਤਲਬ ਡਾਕਟਰਾਂ ਦੀ ਮੁਹੱਲੇ ਵਾਲਿਆਂ ਦੀ ਸਲਾਹ ਦੇ ਨਾਲ ਅਸੀਂ ਕੀਤਾ ਹੈਗਾ ਕਿ ਵਧੀਆ ਡਾਕਟਰ ਦੇ ਨਾਲ ਅਸੀਂ ਕੰਸਰਨ ਕਰੀਏ, ਅਤੇ ਮੈਂ ਕੁਛ ਆਪਣੇ ਫੋਨ ਦੇ ਤਰੀਕੇ ਦੇ ਨਾਲ ਕਿ ਮੈਂ ਸਰਚ ਕੀਤਾ ਹੈਗਾ ਯੂਟਿਊਬ ਦੇ ਥਰੂ, ਔਰ ਇਹਨਾਂ ਦਾ ਡਾਕਟਰ ਸਾਹਿਬ ਦਾ ਨਾਮ ਆ ਰਿਹਾ ਸੀਗਾ ਡਾਕਟਰ ਜਸਮੀਤ ਸਿੰਘ ਜੀ, ਔਰ ਇਹਨਾਂ ਦਾ ਇੱਥੇ ਆਪਣੇ ਜਲੰਧਰ ਦੇ ਵਿੱਚ ਗੁਰੂ ਨਾਨਕ ਮਿਸ਼ਨ ਚੌਂਕ ਦੇ ਲਾਗੇ ਸਟਾਰ ਹੋਸਪਿਟਲ ਹੈ, ਔਰ ਮੈਂ ਡਾਕਟਰ ਸਾਹਿਬ ਨਾਲ ਆ ਕੇ ਇੱਥੇ ਮਿਲਿਆ, ਅਤੇ ਮੈਨੂੰ ਡਾਕਟਰ ਸਾਹਿਬ ਦੇ ਨਾਲ ਬਹੁਤ ਹੀ ਵਧੀਆ ਲੱਗਿਆ ਮਿਲ ਕੇ ਕਿ ਇਹਨਾਂ ਨੇ ਬਹੁਤ ਵਧੀਆ ਹੀ ਗਾਈਡ ਕੀਤਾ ਹੈਗਾ ਔਰ ਓਪਰੇਸ਼ਨ ਦਾ ਇਹਨਾਂ ਨੇ ਦੱਸਿਆ ਸੀਗਾ ਕਿ ਓਪਰੇਸ਼ਨ ਬਹੁਤ ਹੀ ਸਕਸੈਸਫੁਲ ਹੋਇਆ ਇਹਨਾਂ ਦਾ, ਅਤੇ ਬਹੁਤ ਹੀ ਮਾਈਨਰ ਜੇ ਛੋਟੇ ਛੋਟੇ ਕੱਟ ਲੱਗੇ ਹੈਗੇ ਆ ਜਿਹਨਾਂ ਦੇ ਨਾਲ ਲੈਪਰੋਸਕੋਪਿਕ ਕਰਕੇ ਓਪਰੇਟ ਜਿਹੜਾ ਹੋਇਆ ਇਹਨਾਂ ਦਾ, ਕਿ ਛੋਟੇ ਛੋਟੇ ਕੱਟ ਲੱਗੇ ਜਿਹੜੇ ਕਿ ਅੰਦਰ ਹੀ ਜਿਹੜੇ ਉਹ ਕੱਟ ਵੀ ਲੱਗੇ ਹੈਗੇ ਆ, ਉਹ ਅੰਦਰ ਹੀ ਕੋਈ ਟਾਂਕਾ ਨਹੀਂ ਦਿਖ ਰਿਹਾ, ਅੰਦਰ ਹੀ ਘੁੱਲ ਜਾਣੇ ਹੈਗੇ ਆ, ਔਰ ਇੱਥੇ ਦਾ ਜਿਹੜਾ ਸਟਾਫ ਇੰਨਾ ਕੁ ਵਧੀਆ, ਨੀਟ ਐਂਡ ਕਲੀਨ, ਇੰਨੀ ਕੁ ਸਫਾਈ ਹੈਗੀ ਆ। 15-15 ਮਿੰਟ ਬਾਅਦ ਸਟਾਫ ਆ ਕੇ ਪੁੱਛ ਰਿਹਾ ਸੀਗਾ ਕਿ ਤੁਸੀਂ, ਤੁਹਾਨੂੰ ਕੋਈ ਦਿੱਕਤ ਹੈ ਜਾਂ ਕਿੱਦਾਂ। ਹਰ ਇੱਕ ਤਰ੍ਹਾਂ ਦਾ ਸਟਾਫ ਵਧੀਆ ਸੀਗਾ, ਕੋਪਰੇਟ ਸੀਗਾ, ਉਹ ਡਾਕਟਰ ਸਾਹਿਬ ਵੀ ਇੰਨੇ ਅੱਛੇ, ਮਤਲਬ ਕਿ ਵਧੀਆ ਲੱਗਿਆ ਹੈਗਾ ਕਿ ਸਾਨੂੰ ਗਾਂ ਵੀ ਮਤਲਬ ਕੋਈ ਦਿੱਕਤ ਇੱਦਾਂ ਦਾ ਆਵੇ ਨਾ ਕਿਸੇ ਨੂੰ, ਕਿ ਜੇ ਕੋਈ ਪ੍ਰੋਬਲਮ ਆਉਂਦੀ ਤਾਂ ਅਸੀਂ ਇਹੀ ਕਹਿੰਦੇ ਹਾਂ ਕਿ ਇੱਥੇ ਆਓ ਸਟਾਰ ਹੋਸਪਿਟਲ। ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜੀ ਹੈ, ਇਹਨਾਂ ਨਾਲ ਆ ਕੇ ਕੰਸਰਨ ਕਰੋ। ਮਿਸਿਜ ਵੀ ਸਾਡੀ ਜਿਹੜੀ ਹੈ ਠੀਕ ਠਾਕ ਹੋ ਕੇ ਜਾ ਰਹੀ ਹੈ ਇੱਥੋਂ, ਬਹੁਤ ਵਧੀਆ ਹੋਸਪਿਟਲ ਆ। ਜੇ ਕਿਸੇ ਨੂੰ ਅੱਗੇ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈਗੀ ਆ ਜਾਂ ਕੋਈ ਪ੍ਰੋਬਲਮ ਇੱਦਾਂ ਹੀ ਆਉਂਦੀ ਆ, ਅਸੀਂ ਚਾਹੁੰਦੇ ਹਾਂ ਕਿ ਡਾਕਟਰ ਸਾਹਿਬ ਨਾਲ ਆ ਕੇ ਇੱਥੇ ਮਿਲੋ। ਇਸੇ ਨਾਲ ਹੀ ਨਮਸਕਾਰ ਸਭ ਨੂੰ।